ਇੱਕ ਵਾਰ ਦੀ ਗੱਲ ਕਿ ਇੱਕ ਅਰਥੀ ਜਾ ਰਹੀ ਸੀ, ਅਰਥੀ ਦੇ ਅੱਗੇ ਇੱਕ ਕੁੱਤਾ ਜਾ ਰਿਹਾ ਸੀ ਔਰ ਕੁੱਤੇ ਕੁੱਤੇ ਦੇ ਗਲ ਦੇ ਵਿੱਚ ਹਾਰ ਪਾਏ ਹੋਏ ਸੀ ਔਰ ਬੜੇ ਸਾਰੇ ਲੋਕ ਪਿੱਛੇ ਜਿਹੜੇ ਸੀਗੇ ਉਹ ਬਹੁਤ ਭੀੜ ਸੀ ਉਸ ਅਰਥੀ ਦੇ ਪਿੱਛੇ ਔਰ ਇੱਕ ਭਾਈ ਜਾਨ ਨੇ ਜਾ ਕੇ ਪੁੱਛਿਆ ਜੀ ਭਾਈ ਸਾਹਿਬ ਇਹ ਕੌਣ ਗੁਜ਼ਰ ਗਏ ਨੇ, ਕਹਿੰਦੇ ਜੀ ਇਹ ਮੇਰੀ ਵਾਈਫ ਜਿਹੜੀ ਹੈ ਇਹ ਕੱਲ੍ਹ ਰਾਤੀ ਡੈਥ ਹੋ ਗਈ ਇਹਨਾਂ ਦੀ, ਯਾਰ ਬਹੁਤ ਮਾੜਾ ਹੋਇਆ। ਅਤੇ ਕਹਿੰਦਾ ਭਾਅ ਜੀ ਇਹ ਕੁੱਤੇ ਦੇ ਤੁਸੀਂ ਗਲ 'ਚ ਹਾਰ ਪਾ ਕੇ ਅੱਗੇ ਅੱਗੇ ਕਿਉਂ ਲਿਜਾ ਰਹੇ ਹੋ, ਕਹਿੰਦੇ ਜੀ ਇਹਨੇ ਕੱਟਿਆ ਸੀ ਇਸ ਮੇਰੀ ਵਾਈਫ ਨੂੰ ਤਾਂ ਇਹਦੀ ਡੈਥ ਹੋਈ ਹੈ, ਇਹਦੀ ਪੂਜਾ ਕੀਤੀ ਅੱਜ। ਅਤੇ ਕਹਿੰਦਾ ਯਾਰ ਭਾਈ ਸਾਹਿਬ ਤੁਹਾਡਾ ਕੁੱਤਾ ਇੱਕ ਦਿਨ ਲਈ ਮਿਲ ਸਕਦਾ, ਕਹਿੰਦੀ ਜਿਹੜੀ ਤਿੰਨ ਬੜੀ ਲੰਬੀ ਲਾਈਨ ਹੈ ਸਭ ਕੁੱਤਾ ਲੈਣ ਵਾਲੋਂ ਕੀ ਹੈ।